ਪੰਜਾਬ 'ਚ ਹਿੰਦੂ ਨੇਤਾਵਾਂ ਦੇ ਉੱਪਰ ਲਗਾਤਾਰ ਹੋ ਰਹੇ ਜਾਨਲੇਵਾ ਹਮਲੇ ਦੇ ਕਾਰਨ ਹਿੰਦੂ ਸੰਗਠਨਾਂ 'ਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਹਿੰਦੂ ਸੰਗਠਨਾਂ ਦੇ ਵੱਲੋਂ ਬਟਾਲਾ 'ਚ ਰੋਸ ਮਾਰਚ ਕੱਢਦੇ ਹੋਏ ਬਟਾਲਾ ਦੇ ਗਾਂਧੀ ਚੌਂਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਸਮੇਤ ਅੱਤਵਾਦ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹਿੰਦੂ ਸੰਗਠਨ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾਵਾਂ ਨੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ 'ਚ ਨਾਕਾਮ ਹੁੰਦੀ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਨੇ ਸਾਰੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਇਹ ਕਹਿ ਕੇ ਵਾਪਸ ਲੈ ਲਈ ਕਿ ਹੁਣ ਪੰਜਾਬ 'ਚ ਹਿੰਦੂ ਨੇਤਾਵਾਂ ਨੂੰ ਕੋਈ ਖਤਰਾ ਨਹੀਂ, ਪਰ ਲਗਾਤਾਰ ਹੀ ਹਿੰਦੂ ਨੇਤਾਵਾਂ 'ਤੇ ਜਾਨਲੇਵਾ ਹਮਲੇ ਹੋ ਰਹੇ ਹਨ ਅਤੇ ਇਹਨਾਂ ਹਮਲਿਆਂ 'ਚ ਕੁਛ ਨੇਤਾ ਤਾਂ ਮੌਤ ਦੇ ਆਗੋਸ਼ 'ਚ ਚਲੇ ਗਏ ਹਨ, ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਕੇਸ 'ਚ ਕਿਸੇ ਦੋਸ਼ੀ ਨੂੰ ਨਹੀਂ ਫੜਿਆ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੋਂ ਅਪੀਲ ਹੈ ਕਿ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰੇ ਅਤੇ ਹਿੰਦੂ ਨੇਤਾਵਾਂ ਨੂੰ ਇਨਸਾਫ ਦਵਾਵੇ, ਨਹੀਂ ਤਾਂ ਪੰਜਾਬ ਸਰਕਾਰ ਦੇ ਖਿਲਾਫ਼ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਵੀ, ਕਿਉਂਕਿ ਜੋ ਵੀ ਅੱਜ ਕੱਲ੍ਹ ਜੂਨ ਦੀ ਇਹ ਸਰਕਾਰ ਆਈ ਹੈ, ਕੈਪਟਨ ਸਰਕਾਰ, ਇਹ ਨਾਕਾਮ ਸਾਬਤ ਹੋਈ ਹੈ ਵੀ ਜਿਹੜੇ ਅੱਜ ਕੱਲ੍ਹ ਵੇਖੋ ਹਿੰਦੂਆਂ ਨੇਤਾ ਦੇ ਉੱਤੇ ਇੰਨੇ ਹਮਲੇ ਹੋਣ ਡੇ ਆ, ਕੈਪਟਨ ਸਰਕਾਰ ਨੇ ਕੋਈ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਕੀਤਾ। ਕੋਈ ਇਹਨਾਂ ਨੇ ਸਾਨੂੰ ਕਹਿੰਦੇ ਹੀ ਆ ਉਹ ਹੋਏਗਾ ਆਇਆ ਹੋਏਗਾ, ਕੋਈ ਉਹਦੇ ਉੱਤੇ ਕੁਛ ਨਹੀਂ ਇਹੋ ਜਿਹਾ ਹੋਇਆ। ਅਤੇ ਜਿਹੜਾ ਇਹ ਆ, ਅਸੀਂ ਕੈਪਟਨ ਸਰਕਾਰ ਅੱਗੇ ਮੰਗ ਕਰਦੇ ਹਾਂ ਵੀ ਜਿਹੜਾ ਪਿਛਲੇ ਦਿਨੀ ਸਾਡੇ ਸ਼ਿਵ ਸੈਨਾ ਨੇਤਾ ਦੇ ਉੱਤੇ ਹਮਲਾ ਹੋਇਆ ਉਹਦੀ ਮੰਗ ਕਰਦੇ ਹਾਂ ਤਾਂ ਇਨਸਾਫ ਦੀ, ਅਤੇ ਜੇ ਇਨਸਾਫ ਨਾ ਮਿਲਿਆ ਤਾਂ ਆਪਣਾ ਸੰਘਰਸ਼ ਤੇਜ਼ ਕਰਾਂਗੇ। ਅੱਜ ਦਾ ਜਿਹੜਾ ਅੱਤਵਾਦ ਖਿਲਾਫ਼ ਪੁਤਲਾ ਫੂਕਿਆ ਗਿਆ ਇਹ ਪੰਜਾਬ ਸਰਕਾਰ ਦੇ ਖਿਲਾਫ਼ ਹੀ ਨਾਲ ਫੂਕਿਆ ਗਿਆ ਵਾ। ਸਾਡੀ ਪੰਜਾਬ ਸਰਕਾਰ ਪਹਿਲਾਂ ਸਾਨੂੰ ਵਿਸ਼ਵਾਸ ਦਿਲਾਉਂਦੀ ਸੀ ਕਿ ਜੇ ਆਪਣਾ ਹਿੰਦੂ ਜਿਹੜੇ ਲੀਡਰ ਆ ਉਹਨਾਂ 'ਤੇ ਕੋਈ ਹਮਲਾ ਨਹੀਂ ਹੋਏਗਾ, ਉਹਨਾਂ ਦੀ ਸੇਫਟੀ ਰਹੇਗੀ, ਜਿਹੜੇ ਸਾਨੂੰ ਸਕਿਉਰਟੀ ਦਿੱਤੀ ਗਈ ਉਹ ਵਾਪਸ ਲਈ ਗਈ। ਪਰ ਇਹ ਜਿਹੜੀ ਪੰਜਾਬ ਸਰਕਾਰ ਆ ਨਾਕਾਮ ਸਾਬਤ ਹੋਈ ਆ। ਇਹ ਸਰਕਾਰ ਚ ਕਹਿੰਦੀ ਸੀ ਕਿ ਜਿਹੜੇ ਆਪਣੇ ਸਾਡੇ ਜਿਹੜੇ ਨੌਜਵਾਨ ਵੀਰ ਆ ਹਜੀ ਉਹ ਨਸ਼ਾ ਬੰਦ ਕਰ ਰਹੇ ਆ, ਇਹ ਕਹਿੰਦੇ ਬੰਦ ਕਰਾਂਗੇ ਨਸ਼ਾ, ਨਾ ਨਸ਼ਾ ਬੰਦ ਹੋਇਆ ਵਾ ਨਾ ਅੱਤਵਾਦ ਬੰਦ ਹੋਇਆ ਵਾ। ਮੈਂ ਤਾਂ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਕਰਦਾ ਵਾਂ ਕਿ ਇਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਬੰਦ ਕੀਤਾ ਜਾਵੇ, ਨਿਖਲ ਪਾਈ ਜਾਵੇ, ਜਿਹੜੀ ਗੈਂਗਸਟਰ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਧ ਗਈ ਆ। ਬਲੰਟ ਟੀਵੀ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।